दोस्तों साथियों, एक ब्रेक दे बाद तुहाड़ी खिदमत दे अंदर फिर हाजिर होए आ। अज दा मुद्दा दे अंदर अज असी चर्चा कर रहे पाकिस्तान हिंदुस्तान दे तल्लुकात ते उहदे रेफरेंस नाल साडी कोशिश है कि अमरीका दे कैनेडा दे अंदर जिहड़े साडे लोग रहिंदे आ ओह उस सिनेरियो दे अंदर भी गल कर सकदे आ। साडे कोल इक कॉलर है। हैलो जी भाई साहब, कौन गल कर रहे हैं जी? मैं डॉक्टर रजिंदर सिंह बोल रहा न्यू जर्सी तो। जी जी डॉक्टर साहब की कहना चाहते हो साडे दर्शकों नूं? गल इस तरह भाई साहब के बड़ी लंबी कहानी हैगी है। पहला तो पाकिस्तान ते हिंदुस्तान जिहड़ा जिहड़ा डिवीजन हुई है वह तो होनी नहीं सी चाहिए जी। सब तो पहले दी गल जिहड़ी हैगी जी, डिवीजन होने तो बाद डिवीजन बराबर नहीं हुई। पंजाब जिहड़ा हैगा 60% पंजाब जिहड़ा फटल पंजाब सी सारा पाकिस्तान चला गया। ठीक। उधरों कश्मीर वाले ने फिर कोशिश की के पाकिस्तान ने कोशिश की कि कश्मीर नूं असीं अपने नाम लाईए जी। उत्ते अटैक होया, उत्ते हिंदू सिख साढ़े 27,000 लोग मरे हैं जी जी। ते उत्ते भी नुकसान होया पंजाब का, अपना तुहानूं पता ही है। इधरों मुसलमान गए, उधरों सिख हिंदू गए, उन्हां दे उत्ते भी कतलेआम होया, उही बड़ा नुकसान होया जी। उस तो बाद फिर जिहड़ियां चीज़ां जिहड़ियां होंदियां रहियां, क्योंकि फिर डिवेलपमेंट पाकिस्तान च नहीं हुई खास। सारा जिहड़ा पाकिस्तान दा लेबर तबका बाहर है इसलिए जी जी, बिल्कुल डिवेलपमेंट नहीं हुई उत्थे जी जी। ते उत्थे अनपढ़ता इतनी है। इधरों फिर इंडिया ने काफ़ी तरक्की की है, हुण इस विच इतना बैलेंस इसलिए हो चुका है जी कि उत्थे बस इह स्ट्रगल रहिंदी है किसी तरीके नाल, असीं इधरों हथ मारीए इधर हथ मारीए है जी। ਤੇ ਲੇਕਿਨ ਆਵਾਮ ਤੇ ਤੁਹਾਨੂੰ ਜਿਸ ਤਰ੍ਹਾਂ ਜਿਸਮ ਤੁਸੀਂ ਗੱਲ ਕੀਤੀ, ਅਸੀਂ ਇੱਥੇ ਠੀਕ ਠਾਕ ਆ, ਸਾਰੇ ਹਿੰਦੂ ਸਿੱਖ ਸਾਰੇ ਮੁਸਲਮਾਨ ਸਾਰੇ ਮਿਲਦੇ ਹਨ, ਲੋਕੀ ਵਿਚਾਰੇ ਉੱਥੇ ਵੀ ਇਸ ਤਰ੍ਹਾਂ ਹੀ ਨੇ। ਲੇਕਿਨ ਪ੍ਰੋਬਲਮ ਇਹ ਕਿ ਜੋ ਸਿਚੁਏਸ਼ਨ ਹੈ ਅਸੀਂ ਤੇ ਬਣ ਗਈ ਹੈ ਨਾ ਕਿ ਹੁਣ ਇਹ ਦੂਰ ਨਹੀਂ ਹੋ ਸਕਦੀ ਜੀ। ਔਰ ਇਹ ਲੋਕਾਂ ਦਾ ਇਹਨਾਂ ਦਾ ਜਿਹੜੇ ਆਪਣੇ ਬ੍ਰਿਟਿਸ਼ ਵਾਲੇ ਸੀਗੇ, ਇਹਨਾਂ ਦਾ ਤਾਂ ਇੰਟਰਸਟ ਹੀ ਸੀਗੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਡਿਵਾਈਡ ਕਰਕੇ, ਤੇ ਆਪਣਾ ਜਿਹੜਾ ਹੈਗਾ ਇਧਰੋਂ ਅਮਰੀਕਾ ਉਹਨਾਂ ਨੇ ਜਿਸਲੇ ਪਾਕਿਸਤਾਨ ਬਣਿਆ ਹੈ ਜੀ, ਉਹਨੇ ਆਪਣਾ ਇਕਦਮ ਉਹਨੇ ਆਪਣਾ ਏਜੰਟ ਬੁਲਾ ਲਿਆ, ਕਿਉਂਕਿ ਰਸ਼ੀਆ ਦਾ ਖਤਰਾ ਸੀ, ਉੱਥੇ ਇਮਦਾਦ ਵਗੈਰਾ ਦੇ ਦਿੱਤੀ। ਲੇਕਿਨ ਪਾਕਿਸਤਾਨ ਨੇ ਉਹ ਜਿਹੜੀ ਸਾਰੀ ਇਮਦਾਦ ਹੈ ਉਹ ਬੜੇ ਗਲਤ ਤਰੀਕੇ ਇਸਤੇਮਾਲ ਕੀਤੀ ਜੀ। ਤੁਹਾਡਾ ਬਹੁਤ ਸੀ ਕਿ ਚਾਹੀਦਾ ਇਹ ਸੀ ਕਿ ਹਿੰਦੁਸਤਾਨ ਦੇ ਨਾਲ ਤਲਕਾਂ ਅੱਛੇ ਰੱਖਦੇ, ਆਪਸ ਦੇ ਵਿੱਚ ਮਿਲਦੇ ਜੁਲਦੇ ਰਹਿੰਦੇ। ਚਲੋ ਜੋ ਕੁਛ ਕਤਲੇਆਮ ਹੋ ਗਿਆ ਜਿਸ ਤਰ੍ਹਾਂ ਹੀ ਸੰਦਾਲੀ ਦੇ ਵਿੱਚ, ਤੇ ਲੇਕਿਨ ਉਸ ਤੋਂ ਬਾਅਦ ਤਲਕਾਂ ਅੱਛੇ ਰੱਖਣੇ ਚਾਹੀਦੇ ਸੀ, ਫਿਰ ਵੀ ਮੁਲਕ ਆਪਣੀ ਆਪਣੀ ਜਗ੍ਹਾ ਤਰੱਕੀ ਕਰਦਾ। ਬਹੁਤ ਸ਼ੁਕਰੀਆ ਤੁਹਾਡਾ। ਨਾਲੇ ਗੱਲ ਇਹ ਕਿ ਇਹ ਤੇ ਸਰਕਾਰਾਂ ਨੂੰ ਚਾਹੀਦਾ ਕਿ ਉਹ ਤਲਕਾਤ ਯਾਨੀ ਅੱਛੇ ਰੱਖਣ। ਆਵਾਮ ਦੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਉਹ ਤਲਕਾਤ ਜਿਹੜੇ, ਆਵਾਮ ਤਾਂ ਹਮੇਸ਼ਾ ਅੱਛੇ ਤਲਕਾਤ ਰੱਖਣਾ ਚਾਹੁੰਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈਲੋ 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 ਮਲਿਕ ਸਾਹਿਬ ਜੀ ਜੀ, ਕੌਣ ਗੱਲ ਕਰ ਰਿਹਾ? ਹਾਂਜੀ ਮੈਂ ਰਮੇਸ਼ ਕੈਲੀਫੋਰਨੀਆ ਤੋਂ ਜੀ। ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਅੱਛਾ ਮਲਿਕ ਸਾਹਿਬ, ਬਹੁਤ ਸੋਹਣਾ ਸ਼ੋਅ ਹੈ ਜੀ। ਮੈਂ ਮੇਰੇ ਕਮੈਂਟਸ ਤਾਂ ਇਹ ਹੈ ਜੀ ਕਿ ਇਹ ਆਈ ਫਾਲੋ ਬੋਥ ਸਾਈਡ ਆਫ ਦੀ ਬਾਰਡਰ ਹੈ ਨਾ, ਕਾਫੀ ਚਿਰ ਤੋਂ ਆਈ ਚੈੱਕ ਵੈਬਸਾਈਟਸ ਆਫ ਪਾਕਿਸਤਾਨੀ ਨਿਊਜ਼ ਪੇਪਰ ਟ੍ਰਿਬਿਊਨ। ਸੋ ਮੇਰਾ ਇੱਕ ਕਮੈਂਟ ਤਾਂ ਇਹ ਹੈ ਜੀ ਕਿ ਕਿਸੇ ਦਾ ਆਪਣੇ ਪੋਲੀਟੀਕਲ ਕਲਾਸ ਆਨ ਬੋਥ ਸਾਈਡ ਆਫ ਦੀ ਬਾਰਡਰ ਜੀ, ਇਟਸ ਟਰੂ ਔਨ ਬੋਥ ਸਾਈਡ ਜੀ, ਸਪੈਸ਼ਲੀ ਐਕਸਟ੍ਰੀਮ ਫੋਰਸਿਸ ਆ ਜੀ। ਜਿਹੜਾ ਬੰਦਾ ਵੀ ਖੁੱਲ ਕੇ ਇਸ ਹੱਕ ਗੱਲ ਵਿੱਚ ਆਊਗਾ ਕਿ ਇੰਡੋ ਪਾਕਿਸਤਾਨ ਦੀ ਫ੍ਰੈਂਡਸ਼ਿਪ ਹੋਣੀ ਚਾਹੀਦੀ ਆ, ਸ਼ਾਂਤੀ ਦਾ ਮਾਹੌਲ ਬਹਾਲ ਹੋਣਾ ਚਾਹੀਦਾ ਆ ਜੀ, ਇਟ ਹੈਪਨ ਇਨ ਦੀ ਪਾਸਟ, ਤੇ ਕੀ ਹੁੰਦਾ ਉਹ ਕਾਨੂੰਨ ਲੈਕਚਰ ਮਾਰ ਜਾਂਦੇ ਆ ਠੀਕ। ਸੋ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਗਾ ਜਿਹੜਾ ਜਿਹੜਾ ਜਿੰਨੀ ਐਕਸਟ੍ਰੀਮ ਪੋਜੀਸ਼ਨ ਲੈਂਦਾ ਆ ਦੈਟ ਇਜ਼ ਦੀ ਪਾਸਟ ਜੀ, ਬਟ ਹੁਣ ਉਹ ਮੌਕਾ ਆ ਗਿਆ ਹੈ ਕਿ ਜਿਹੜੀਆਂ ਮਾਡਰੇਟ ਮਾਇੰਡ ਦੇ ਪੋਲੀਟੀਸ਼ੀਅਨ ਆ ਉਹ ਵੀ ਇਲੈਕਸ਼ਨ ਜਿੱਤਦੇ ਆ, ਤੇ ਇਹਦੇ ਬਾਰੇ ਤੁਹਾਡਾ ਆਈ ਵਾਂਟ ਟੂ ਨੋ ਯੂਅਰ ਓਪੀਨੀਅਨ ਠੀਕ। ਥੈਂਕ ਯੂ। ਤੇ ਇਹਨਾਂ ਨੇ ਗੱਲ ਤਾਂ ਬਿਲਕੁਲ ਸਹੀ ਕੀਤੀ ਹੈ ਕਿ ਗੱਲ ਹੈ ਕਿ ਅਸੀਂ ਉਸੇ ਉਹ ਲੋਕਾਂ ਨੂੰ ਵਾਰ ਵਾਰ ਜਿਤਾਉਂਦੇ ਆ ਜਿਹੜੇ ਨਾ ਸਿਰਫ ਆਵਾਮ ਨੂੰ ਕੋਈ ਡਿਲੀਵਰ ਨਹੀਂ ਕਰਦੇ ਬਲਕਿ ਉਹ ਸਰਕਾਰ ਦੇ ਅੰਦਰ ਜਦੋਂ ਆਉਂਦੇ ਆ ਤਾਂ ਉਹ ਜਿਹੜੀ ਆ ਯਾਨੀ ਆਪਣਾ ਲੁੱਟ ਮਾਰ ਅਤੇ ਆਪਸ ਦੀ ਬੰਦਰਬਾਟ ਕਰਕੇ ਆਪ ਜਿਹੜੇ ਆ ਉਹ ਇੰਪਾਇਰ ਅਤੇ ਇੰਪਾਇਰ ਬਣਾਉਂਦੇ ਜਾਂਦੇ ਆ ਅਤੇ ਆਵਾਮ ਜਿਹੜੀ ਆ ਉਹ ਪਿੱਛੇ ਰਹਿ ਜਾਂਦੀ ਹੈ। ਹੈਲੋ ਹੈਲੋ ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੌਣ ਸਾਹਿਬ, ਕੌਣ ਵੀਰ ਜੀ, ਕੌਣ ਗੱਲ ਕਰ ਰਹੇ ਹੋ?
ਮੈਂ ਬੂਟਾ ਸਿੰਘ ਬੋਲਿਆ ਜੀ ਨਿਊ ਜਰਸੀ ਤੋਂ ਜੀ ਬੂਟਾ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਮੈਂ ਮਲਕ ਜੀ ਤੁਹਾਡੀ ਸਾਰੀ ਕਨਵਰਸੇਸ਼ਨ ਸੁਣ ਰਿਹਾ ਪਾਕਿਸਤਾਨ ਤੇ ਇੰਡੀਆ ਦੇ ਤਲਕਾਤਾਂ ਦੀ ਜੀ ਜੀ ਇਹ ਬਹੁਤ ਚੰਗੀ ਗੱਲ ਆ ਕਿ ਕਿਤੇ ਪਾਕਿਸਤਾਨ ਦਾ ਪੰਜਾਬ ਤੇ ਭਾਰਤ ਦਾ ਪੰਜਾਬ ਇਕੱਠੇ ਹੋ ਜਾਣ ਆਪਸ ਵਿੱਚ ਜੀ ਕਿਉਂਕਿ ਇਹਨਾਂ ਦਾ ਕਲਚਰ ਇੱਕ ਹੈ ਕਿ ਇਹ 1849 ਦੇ ਵਿੱਚ ਜਦੋਂ ਸਿੱਖ ਰਾਜ ਨੂੰ ਕੈਪਚਰ ਕੀਤਾ ਅੰਗਰੇਜ਼ਾਂ ਨੇ ਜੀ ਉਹ ਜਿਹੜਾ ਇੱਕ ਇੰਡੀਪੈਂਡੈਂਟ ਸਿੱਖ ਰਾਜ ਸੀ ਤੇ ਜਿਹੜਾ 1947 ਦੇ ਵਿੱਚ ਅਸੀਂ ਉਹਦਾ ਹਿੱਸਾ ਸਿੱਖ ਨਾ ਲੈ ਸਕੇ ਆਪਣੀ ਮਲੈਕੀ ਦੇ ਕਾਰਨ ਜਾਂ ਉਹਨਾਂ ਨੇ ਵਿਸ਼ਵਾਸ ਕਰ ਲਿਆ ਹਿੰਦੂ ਲੀਡਰਾਂ ਦੇ ਉੱਤੇ ਪਰ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅੱਜ 3 ਨਿਊਕਲੀਅਰ ਜਿਹੜੇ ਮੁਲਕ ਨੇ ਏਸ਼ੀਆ ਦੇ ਵਿੱਚ ਚਾਈਨਾ ਪਾਕਿਸਤਾਨ ਤੇ ਇੰਡੀਆ 3 ਕੋਲ ਨਿਊਕਲੀਅਰ ਹੈ ਅਗਰ ਪਾਕਿਸਤਾਨ ਤੇ ਭਾਰਤ ਦੀ ਕਿਸੇ ਗੱਲੋਂ ਜੰਗ ਲੱਗ ਜਾਂਦੀ ਆ ਤੇ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਸਿੱਖਾਂ ਦੀ ਸਭਿਅਤ ਨੂੰ ਪਹੁੰਚੂਗਾ ਕਿਉਂਕਿ ਮੁਸਲਮਾਨਾਂ ਦੀਆਂ ਬਹੁਤ ਕੰਟਰੀਆਂ ਨੇ ਮੁਸਲਮਾਨਾਂ ਦੀਆਂ 50 ਕੰਟਰੀਆਂ ਤੋਂ ਵੱਧ ਕੰਟਰੀਆਂ ਨੇ ਤੇ ਸਿੱਖਾਂ ਦਾ ਇੱਕ ਛੋਟਾ ਜਿਹਾ ਸਟੇਟ ਹੈ ਪੰਜਾਬ ਜਿਹੜਾ ਬਿਟਵੀਨ ਪਾਕਿਸਤਾਨ ਤੇ ਇੰਡੀਆ ਜਿਹੜਾ ਹੁਣ ਅੱਜ ਦਾ ਪੰਜਾਬ ਇੰਡੀਆ ਦਾ ਹਿੱਸਾ ਜੀ ਤੇ ਜਿਹੜੀ ਹਿੰਦੂਆਂ ਦੀ ਬਹੁਤ ਗਿਣਤੀ ਆ ਉਹ ਤਾਂ ਕੰਨਿਆਕੁਮਾਰੀ ਤੱਕ ਹੈ ਸੋ ਇਸ ਕਰਕੇ ਸਿੱਖਾਂ ਦੀ ਸਭਿਅਤਾ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਅਗਰ ਇਹ ਜੰਗ ਲੱਗਦੀ ਆ ਦੂਜੀ ਗੱਲ ਇਹ ਆ ਕਿ ਹਿੰਦੁਸਤਾਨ ਦੇ ਵਿੱਚ ਜਾਂ ਜਿਵੇਂ ਤੁਹਾਡੇ ਪਾਕਿਸਤਾਨ ਦੇ ਵਿੱਚ ਆ ਜਿਹੜਾ ਬਲੋਚਿਸਤਾਨ ਹੈ ਜੀ ਜੀ ਉਹ ਵੀ ਵੱਖਰੀ ਮੰਗ ਕਰ ਰਿਹਾ ਵੱਖਰੀ ਹੋਣ ਦੀ ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਕਸ਼ਮੀਰ ਹੈ ਪੰਜਾਬ ਹੈ ਤਾਮਿਲਨਾਡੂ ਹੈ ਅਸਾਮ ਹੈ ਨਾਗਾਲੈਂਡ ਹੈ ਜੀ ਜਿਨ੍ਹਾਂ ਦਾ ਕੋਈ ਨਾ ਤਾਂ ਉਸ ਵਿੱਚ ਕਲਚਰ ਮਿਲਦਾ ਨਾ ਇਹਨਾਂ ਦੀ ਕੋਈ ਆਪਸ ਵਿੱਚ ਲੈਂਗੁਏਜ ਮਿਲਦੀ ਆ ਬ੍ਰਿਟਿਸ਼ ਜਦੋਂ ਹਿੰਦੁਸਤਾਨ ਦੇ ਵਿੱਚ ਆਇਆ ਉਹਨੇ ਆ ਕੇ ਜਿਹੜਾ ਰਾਜ ਆ ਆਪਣਾ ਉਹ ਰਾਜਿਆਂ ਦੇ ਉੱਤੇ ਰਾਜ ਕੀਤਾ ਜੀ ਨਾ ਕਿ ਉਹਨਾਂ ਨੇ ਪਬਲਿਕ ਦੇ ਉੱਤੇ ਰਾਜ ਕੀਤਾ ਸੋ ਇਹਨਾਂ ਦਾ ਨਾ ਤਾਂ ਕੋਈ ਕਲਚਰ ਆਪਸ ਵਿੱਚ ਮਿਲਦਾ ਆ ਤੇ ਸੋ ਇਹ ਜਿਹੜੀਆਂ ਸਟੇਟਾਂ ਦੇ ਆਪਸ ਵਿੱਚ ਕਲਚਰ ਨਹੀਂ ਮਿਲਦੇ ਜਿਹੜੀਆਂ ਸਟੇਟਾਂ ਵੱਖਰੀਆਂ ਹੋਣਾ ਚਾਹੁੰਦੀਆਂ ਤੇ ਉਹਨਾਂ ਨੂੰ ਬਿਲਕੁਲ ਵੱਖਰੇ ਹੋ ਜਾਣਾ ਚਾਹੀਦਾ ਅਗਰ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਾਰੇ ਸਿੱਖਾਂ ਦਾ ਵੱਖਰਾ ਮੁਲਕ ਕੱਟਿਆ ਜਾਵੇ ਤੇ ਸਾਊਥ ਏਸ਼ੀਆ ਵਿੱਚ ਹਮੇਸ਼ਾ ਵਾਸਤੇ ਜਿਹੜਾ ਅਮਨ ਚੈਨ ਹੋ ਚੁੱਕਾ ਜੀ ਅਸੀਂ ਤੁਹਾਡੀ ਰਾਏ ਦਾ ਇਤਰਾਮ ਕਰਦੇ ਹਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਕਾਲ ਕੀਤੀ ਹੈਲੋ ਹਾਂਜੀ ਮਲਕ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੌਣ ਭੈਣ ਜੀ ਕੌਣ ਗੱਲ ਕਰ ਰਹੇ ਹੋ ਮੈਂ ਜੀ ਸਰਜੀਤ ਕੌਰ ਬੋਲਦੀ ਹਾਂ ਕੈਲੀਫੋਰਨੀਆ ਤੋਂ ਪਰ ਮੈਂ ਆਪਦਾ ਦੂਸਰਾ ਸ਼ਹਿਰ ਨਹੀਂ ਦੱਸਣਾਗਾ ਮੈਂ ਗੁਪਤ ਰੱਖਣਾ ਕੋਈ ਗੱਲ ਨਹੀਂ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮਲਕ ਜੀ ਭਰਾ ਜੀ ਤੁਸੀਂ ਬਹੁਤ ਮੁੱਦਾ ਬਹੁਤ ਚੰਗਾ ਲੈ ਕੇ ਆਉਂਦੇ ਹੋ ਜਿਹੜੇ ਰਿਆੜ ਹਰਵਿੰਦਰ ਵੀਰ ਜੀ ਬਹੁਤ ਵਧੀਆ ਉਹ ਖਰੀਆਂ ਖਰੀਆਂ ਗੱਲਾਂ ਸੁਣਾਉਂਦੇ ਹੈ ਉਹਨਾਂ ਦਾ 22 ਸਾਲ ਦਾ ਤਜਰਬਾ ਹੈ ਪੱਤਰਕਾਰ ਦਾ ਜੀ ਜੀ ਤੇ ਪੱਤਰਕਾਰ ਮੇਰੇ ਮੁੰਡੇ ਦੀ ਵੀ ਕੀਤੀ ਆ ਮੇਰੇ ਭਾਣਜੇ ਦੀ ਵੀ ਕੀਤੀ ਆ ਮੇਰੇ ਮੈਂ ਪੱਤਰਕਾਰਾਂ ਦੇ ਵਿੱਚੋਂ ਹੀ ਹਾਂ ਤੇ ਮੈਂ ਸਾਡੀ ਜਿਹੜੀ ਗਦਰ ਪਾਰਟੀ ਸੀ ਤੇ ਉਹ ਕਮਿਊਨਿਸਟ ਪਾਰਟੀ ਉਹ ਮੇਰੇ ਪੇਕੇ ਪਰਿਵਾਰ ਦੀ ਤੇ ਇਹ ਜਿਹੜਾ ਹੁਣ ਕਹਿੰਦੇ ਨਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਰਾਜ ਤਾਂ ਖਾਲਸੇ ਨੂੰ ਜ਼ਰੂਰ ਕਰਨਾ ਚਾਹੀਦਾ ਪਰ ਇਹਨੂੰ ਵਧੀਕੀਆਂ ਨਹੀਂ ਕਰਨੀਆਂ ਚਾਹੀਦੀਆਂ ਇਹ ਜਿਹੜੀ ਸਾਡੀ ਪਬਲਿਕ ਹੈ ਉਸ ਨੂੰ ਸਮਝਣਾ ਚਾਹੀਦਾ ਵੀ ਕਿਸ ਨੂੰ ਅਸੀਂ ਵੋਟ ਪਾਈਏ ਕਿਹੜਾ ਬੰਦਾ ਚੰਗਾ ਜਿਹੜੇ ਸਾਰੇ ਆਪਦਾ ਸਰਪੰਚ ਤੋਂ ਲਾ ਕੇ ਚੌਂਕੀਦਾਰ ਤੋਂ ਲਾ ਕੇ ਮੁਨਸੀ ਤੋਂ ਲਾ ਕੇ ਥਾਣੇਦਾਰ ਤੋਂ ਲਾ ਕੇ ਡੀਐਸਪੀਆਂ ਤੋਂ ਲਾ ਕੇ ਜੱਜਾਂ ਵਕੀਲਾਂ ਤੋਂ ਲਾ ਕੇ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਇੱਕ ਦੂਜੇ ਦੇ ਵਿਰੋਧ 'ਚ ਇਹ ਜਿਹੜੇ ਝੂਠੇ ਕੇਸ ਪਾ ਦਿੰਦੇ ਆ ਜੋ ਵੀ ਕਰ ਦਿੰਦੇ ਆ ਇਹ ਬਾਦਲ ਸਰਕਾਰ ਕਹਿੰਦੇ ਆ ਵੀ ਅਸੀਂ 25 ਸਾਲ ਰਾਜ ਕਰਨਾ ਨਾ ਤਾਂ ਕਾਂਗਰਸ ਮਾੜੀ ਹੈ ਤੇ ਨਾ ਅਕਾਲੀ ਦਲ ਮਾੜਾ ਕੋਈ ਪਾਰਟੀ ਨੂੰ ਮੈਂ ਮਾੜਾ ਨਹੀਂ ਕਹੂੰਗੀ ਇਹ ਦੁਨੀਆ ਦੀ ਸੋਚ ਮਾੜੀ ਹੈ ਇਹ ਇੱਥੇ ਵੀ ਆਪਣੇ ਅਮਰੀਕਾ ਕੈਨੇਡਾ 'ਚ ਵੀ ਆ ਕੇ ਜਿਹੜੇ ਆਪਣੇ ਪੰਜਾਬ ਤੋਂ ਜੋ ਵੀ ਇੰਡੀਆ ਤੋਂ ਆਉਂਦੇ ਆ ਇੱਥੇ ਵੀ ਬਹੁਤ ਕੁਛ ਮੈਂ ਦੇਖਦੀ ਹਾਂ ਭੈਣ ਭਰਾਵਾਂ ਦੇ ਰਿਸ਼ਤੇ ਨੱਥ ਕੋਈ ਹੋ ਜਾਂਦੇ ਆ ਮਾਂ ਪਿਓ ਦੇ ਹੋ ਜਾਂਦੇ ਆ ਤੇ ਸਾਰੇ ਰਿਸ਼ਤੇ ਇਹ ਜਿਹੜਾ ਦੇਖੋ ਜੀ ਮੈਂ ਤੁਹਾਨੂੰ ਇਹੀ ਕਹੂੰਗੀ ਜਿਹੜਾ 9 ਮਾਸ ਦਾ ਰਿਸ਼ਤਾ ਇਹ ਜ਼ਰੂਰ ਕਾਇਮ ਰੱਖਣਾ ਚਾਹੀਦਾ ਜਿਹੜਾ ਉਹਦਾ ਧਰਮ ਹੈਗਾ ਮੈਂ ਸਾਡੀ ਦੂਜਾ ਮੁਸਲਮਾਨਾਂ ਨਾਲ ਵੀ ਮੇਰੀ ਦੋਸਤੀ ਬਥੇਰੀ ਹੈ ਮੇਰੇ ਪਿਆਰੇ ਭਰਾ ਨੇ ਹਿੰਦੂਆਂ ਨਾਲ ਵੀ ਮੈਂ ਸਾਰੇ ਧਰਮਾਂ ਨੂੰ ਮੰਨਦੀ ਹਾਂ ਕੋਈ ਧਰਮ ਨਹੀਂ ਮਾੜਾ ਇਹ ਆਪਣੀ ਸੋਚ ਮਾੜੀ ਹੈ ਵੀਰ ਜੀ ਤੁਸੀਂ ਫਿਰ ਮੈਨੂੰ ਪਤਾ ਨਹੀਂ ਬਈ ਦੂਜਾ ਮੈਂ 1949 'ਚ ਪੜ੍ਹੀ ਤਾਂ ਮੈਂ 6 ਹੀ ਹਾਂ ਪਰ ਜ਼ਿਆਦਾ ਮੈਂ ਨਹੀਂ ਪੜ੍ਹੇਗੀ ਮੈਂ ਆਪਦੇ ਨਾਂ ਪਿੰਡ ਦਾ ਸਹੁਰੇ ਦਾ ਦੱਸਣਾ ਅਤੇ ਨਾਂ ਪੇਕਿਆਂ ਦਾ ਅਤੇ ਮੇਰਾ ਜ਼ਿਲ੍ਹਾ ਮੋਗਾ ਹੈਗਾ ਅਤੇ ਬਸ ਮੈਂ ਮੋਗੇ ਤੋਂ ਜਿਹੜੀ ਸੀਟ ਦੇ ਕੇ ਇਹਨਾਂ ਨੇ ਕੀਤੀ ਹੈ ਪਹਿਲਾਂ ਕਾਂਗਰਸ ਜਿੱਤ ਕੇ ਫਿਰ ਹੁਣ ਇਹਨਾਂ ਬਾਦਲ ਸਰਕਾਰ ਨੇ ਆਪਦੀ ਕੀਤੀ ਹੈ ਮੈਂ ਕਿਸੇ ਨੂੰ ਇਹ ਮੇਰਾ ਕੋਈ ਕਿਸੇ ਨਾਲ ਵਿਰੋਧ ਨਹੀਂ ਕੁਛ ਨਹੀਂ ਪਰ ਤੁਹਾਡੇ ਵੀ ਆ ਵਿਚਾਰ ਮੈਨੂੰ ਬੜੇ ਚੰਗੇ ਲੱਗ ਰਹੇ ਹੈ ਹਰਵਿੰਦਰ ਰਿਆੜ ਦੇ
ये जेड़े देखो जी अपना इंडिया पाकिस्तान ये दोने भाई भाई है, अपना भारत एको ही सी उदो जो आजादियां लिया भगत सिंह ने, दूसरे अपने गांधी महात्मा ने भी, वह भी मैनू पता है, फिर सराभे ने, फिर राजगुरु ने, फिर यह जे बस मैं महाराज पढ़े ने, महाराज मैं पढ़ी नहीं, मैं किताब पढ़ ली नहीं किताबा वो तौर पर, मैं सुखमनी साहब जैपसी साहब सारे देखो, हरनाक्ष दुष्ट मर हर मारिया, प्रहलाद तराया जी जुगो जुग भगतों की पैज रखता आया जी, तेरा किता जातो नहीं मैनू जो की तोई मी, बाबा नानक तुसी होवो सहाय जी, बाबे नानक ने, गुरु गोबिंद सिंह ने जो भी कुरबानियां कीतियां बहुत मन अच्छियां लगदियां, मालक जी मैं हुण बड़ा टाइम नहीं देऊंगी ते तुहाडा तन तन बार ते मैनू पता नहीं तुहाडे विचार किहे जे लगण दे, मैनू माड़ा जिहा सुणा दो जी। दोस्तों गल इन्हां ने भैन जी ने इस तरह की कर दिती है कि मैं इस तो ज़्यादा की गल करांगा, कि सारी गल्लां ते इन्हां ने कर दित्तियां कि अगर आपस दे अंदर मुहब्बत है, प्रेम है, एक दूसरे की इज्जत है, एक दूसरे दे धर्म का ख्याल है, ओदी रिस्पैक्ट है, तो ही असी एक अच्छा समाज जिहड़ा है वह कायम कर सकते हैं। दोस्तों मिलते हैं एक छोटी जी ब्रेक के बाद, तो देखते दे रहो प्रोग्राम अज का मुद्दा। We'll be right back.
दोस्तों साथियों ब्रेक के बाद तुहाडी खिदमत के अंदर एक बार फिर हाजिर होए आ जस ब्रॉडकास्टिंग का यह प्रोग्राम अज का मुद्दा लाइव ऑन एयर है तुहाडी कॉलां बेनतहा आ रही एक साडे कोल कॉलर है असी हैलो हाँ जी मलिक साहब मैं गुरदीप सिंह बाजवा बोल रहा कैलिफोर्निया तो जी बाजवा साहब की हाल है तुहाडा हाँ जी कृपा जी महाराज भी आप सुनाओ अच्छा बाकी जी एक भाई साहब ने कहा भी जे पंजाबी दे मुसलमान पाकिस्तान कट्ठे हो जाने मैं भाई साहब नूं कहना चाहुंदा 1986 दे विच जी जनाह साहब ने एक मुद्दा रखिया है भी अगर पंजाब दी वंड ना होवे ते रावी तो लेके जमुना तक सिख की पृथभूमि होगी 40% सिख अस फौज भर्ती करा गए अपना राज लो दस साल वास्ते 5,000 फौज ते उथे रखांगे सिखां वास्ते सिखलाई देऊगी हथियार देऊगी 50,000 ਸਾਡੇ ਸਿੱਖ ਜਿਹੜੀ ਫੌਜੀ ਆ ਭਰਤੀ ਕਰਕੇ ਸਿੰਗਾਪੁਰ ਤੇ ਹੋਰਾਂ ਵੀ ਰੱਖਾਂਗੇ ਉਸ ਕਰਕੇ ਠੀਕ ਤੇ ਸਾਡੇ ਤਿੰਨਾਂ ਲੀਡਰਾਂ ਨੇ ਮਾਸਟਰ ਤਾਰਾ ਸਿੰਘ ਯਾਨੀ ਕਰਤਾਰ ਸਿੰਘ ਤੇ ਬਲਦੇਵ ਸਿੰਘ ਨੇ ਟਕਰਾ ਦਿੱਤਾ ਸੀ ਅਸੀਂ ਜੋ ਲੈਣਾ ਵਾ ਤੇ ਹਿੰਦੂਆਂ ਕੋ ਕਾਂਗਰਸ ਕੋ ਲਓ ਆਵੇ ਤੁਸੀਂ ਇੱਥੋਂ ਚਲ ਜਾਓ ਠੀਕ ਅੱਜ ਕਹਿੰਦੇ ਅਸੀਂ ਇਕੱਠੇ ਹੋ ਜਾਈਏ ਆਹ ਕਰ ਲਈ ਆ ਉਹ ਕਰੀਏ ਮਤਲਬ ਸਾਡੇ ਲੀਡਰ ਵਕਾਊ ਆ ਸਿੱਖ ਜਿਹੜੇ ਆ ਲੀਡਰ ਵਕਾਊ ਨੇ ਤੇ ਕੀ ਲੱਭਦੇ ਹੁਣ ਠੀਕ ਤੁਹਾਡਾ ਬਹੁਤ 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 ਸ਼ੁਕਰੀਆ ਤੁਸੀਂ ਯਾਨੀ ਆਪਣਾ ਆਪਣੀ ਸੋਚ ਸਾਡੇ ਸਾਹਮਣੇ ਯਾਨੀ ਤੁਸੀਂ ਉਹਦਾ ਇਜ਼ਹਾਰ ਕੀਤਾ ਨਹੀਂ ਜੋ ਮੈਂ ਪੜ੍ਹਿਆ ਕਿਤਾਬਾਂ ਵਿੱਚੋਂ ਜਾਂ ਅਖਬਾਰਾਂ ਵਿੱਚੋਂ ਮੈਂ ਉਹ ਤੁਹਾਨੂੰ ਦੱਸਣ ਲਿਆ ਬੜੀ ਮਿਹਰਬਾਨੀ ਤੁਹਾਡੀ ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ ਤੇ ਸਾਨੂੰ ਕਾਲਾਂ ਕਰਦੇ ਰਹੋ ਹੈਲੋ ਹੈਲੋ ਹਾਂਜੀ ਹਾਂਜੀ ਕੌਣ ਸਾਹਿਬ ਹਾਂਜੀ ਮੈਂ ਸਰਣ ਲਾ ਆਪਣੇ ਵਿੱਚ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਸੰਤੋਖ ਸਿੰਘ ਗੱਲ ਬੋਲਦਾ ਜੀ ਬੈਂਕੂਰ ਤੋਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਔਨ ਏਅਰ ਹੋ ਹਾਂਜੀ ਮੈਂ ਇਹ ਚਾਹੁੰਦਾ ਕਿ ਆਪਣੇ ਜਦੋਂ ਅਯੋਧਿਆ ਰਿਵਾਜ ਪਈ ਗਏ ਸੀ ਜੀ ਪਾਕਿਸਤਾਨ ਜੀ ਤੇ ਨਵਾਬ ਸਿੰਘ ਹੋਣੀ ਆਪਣੇ ਪ੍ਰਧਾਨ ਮੰਤਰੀ ਸੀਗੇ ਜੀ ਜੀ ਉਹ ਸਮਝੌਤੇ ਦੀ ਗੱਲਾਂ ਕਰਦੇ ਤੇ ਪਾਕਿਸਤਾਨੀ ਫੌਜ ਨੇ ਉੱਤੇ ਕਾਰਲਗ ਦੇ ਉੱਪਰ ਚੜ੍ਹ ਗਈ ਸੀ ਠੀਕ ਜੀ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਕਰੀਬ ਤੋਂ ਕਰੀਬ ਲੈ ਕੇ ਆਇਆ ਜਾਏ ਕਿ ਇਸ ਤਰ੍ਹਾਂ ਦੀ ਗੱਲ ਨਾ ਹੋਏ ਜਿਹਦੇ ਨਾਲ ਕਿਸੇ ਦੀ ਦਿਲ ਕਿਸੇ ਦਾ ਕਿਉਂਕਿ ਅਸੀਂ ਕਿਸੇ ਦਾ ਦਿਲ ਦੁਖਾਉਣ ਵਾਸਤੇ ਇਹ ਨਹੀਂ ਆਪਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤੁਸੀਂ ਇਹ ਅਗਰ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਭਾਵਨਾ ਹੈ ਤਾਂ ਤੁਸੀਂ ਬੇਸ਼ੱਕ ਸਾਡੇ ਨਾਲ ਯਾਨੀ ਗੱਲ ਕਰ ਸਕਦੇ ਹੋ ਅਤੇ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਸਾਨੂੰ ਜੀ ਅਤੇ ਦੋਸਤੋ ਚੰਡੀਗੜ੍ਹ ਦੇ ਅੰਦਰ 29 ਜਨਵਰੀ ਨੂੰ ਕੌਂਸਲੇਟ ਜਨਰਲ ਆਫ ਕੈਨੇਡਾ ਗ੍ਰੈਗ ਸੈਲਿੰਜਰ ਉਹ ਇੰਡੀਅਨ ਇੰਡਸਟਰੀ ਦੇ ਤਾਵਨ ਦੇ ਨਾਲ ਇੱਕ ਉੱਥੇ ਸੈਮੀਨਾਰ ਕਰ ਰਿਹਾ ਜਿੱਥੇ ਇੰਡੀਆ ਕੈਨੇਡਾ ਦਾ ਸ਼ਹਿਰ ਮੋਨੀਟਾਬੋ ਜਿਹੜਾ ਹੈ ਉੱਥੋਂ ਦਾ ਇੱਕ ਡੈਲੀਗੇਸ਼ਨ ਉਹ ਕੀ ਸਪੀਕਰ ਹੋਏਗਾ ਅਤੇ ਉਹ ਉੱਥੇ ਯਾਨੀ ਆਪਣਾ ਇਹ ਯਾਨੀ ਜਾਣਕਾਰੀ ਲਵਾਂਗੇ ਅਤੇ ਜਾਣਕਾਰੀ ਤੋਂ ਇਲਾਵਾ ਇਹ ਦੇਖਾਂਗੇ ਕਿ ਉਹ ਕਿਹੜੇ ਯਾਨੀ ਆਪਣਾ ਹਿਕਮਤ ਅਮਲੀ ਜਾਂ ਕਿਹੜੇ ਇਕਦਾਮਾਤ ਹੋ ਸਕਦੀ ਆ ਜਿਹਦੀ ਵਜ੍ਹਾ ਨਾਲ ਚੰਡੀਗੜ੍ਹ ਅਤੇ ਮੋਨੀਟਾਬੋ ਜਿਹੜਾ ਹੈ ਉੱਥੇ ਯਾਨੀ ਉਹਨਾਂ ਦੀ ਆਪਸ ਦੀ ਟ੍ਰੇਡ ਨੂੰ ਮਜ਼ਬੂਤ ਕੀਤਾ ਜਾਏ ਕਿਉਂਕਿ ਅਗਰ ਕੈਨੇਡਾ ਤੋਂ ਅਮਰੀਕਾ ਤੋਂ ਜਾਂ ਦੂਸਰੀ ਜਗ੍ਹਾ ਤੋਂ ਕੋਈ ਇਸ ਤਰ੍ਹਾਂ ਦਾ ਡੈਲੀਗੇਸ਼ਨ ਜਿਹੜਾ
ट्रेड करना चाहता है या जाके इन्वेस्टमेंट करना चाहता है किसी भी इलाके के अंदर हिंदुस्तान के, तो वह बड़ी अच्छी गल है क्योंकि उस तो रोज़गार वधदा है। जो रोज़गार वधदा है तो बेरोज़गारी घट होती है, बेरोज़गारी घट होती है तो बहुत सारे जोड़े समाजी लेवल के जराइम होंगे जी भी घट होंगे। हैलो हैलो जी, कौन गल कर रहे हैं भैन जी? जी हाँ जी, तुसी कौन बोल दे? मैं सलीम मलिक गल कर रहा हूं, तुसी कॉल कीती है प्रोग्राम अज दा मुद्दा। हाँ जी हाँ जी, मैं पदम कौर बोल दी जी, क्लीवलैंड तो। जी जी हाँ जी हाँ जी, मलिक साहब मैं तुहाडे नाल गल करना चाहनी है। मैं अज बॉर्डर फिर इन्होंने खोलिया ना जी जी, ते ओनू देख के मैनूं सान अपने माता जी मेरे सस जी मैनूं याद आए ਕਿ ਉਹ ਵੀ ਪਾਕਿਸਤਾਨ ਤੋਂ ਸਨ, ਮੁਜ਼ੱਫਰਾਬਾਦ ਚ ਕੋਠੀ ਤੋਂ। ਜੀ ਜੀ ਜੀ, ਉੱਥੋਂ ਦੀ ਬੋਲੀ ਬੜੀ ਮਿੱਠੀ ਹੈ। ਹਾਂਜੀ, ਤੇ ਉਹਨਾਂ ਨੂੰ ਇਤਨਾ ਦੁੱਖ ਸੀ ਕਿ ਅਸੀਂ ਇੱਕ ਵਾਰੀ ਜਾ ਕੇ ਆਪਣੀ ਚ ਕੋਠੀ ਜਾ ਕੇ ਦੇਖ ਕੇ ਆਈਏ ਆਪਣੀ ਜਗ੍ਹਾ, ਪਰ ਉਦੋਂ ਇਹ ਟਾਈਮ ਨਹੀਂ ਸੀ, ਉਦੋਂ ਹਾਲਾਤ ਹੋਰ ਸਨ। ਠੀਕ, ਤੇ ਸਾਨੂੰ ਅੱਜ ਇਤਨਾ ਉਹਨਾਂ ਦਾ ਯਾਦ ਆਉਂਦੀ ਹੈ ਕਿ ਉਹ ਜਾ ਨਹੀਂ ਸਕੇ ਆਪਣੇ ਮੁਲਕ, ਪਰ ਸਾਡੇ ਮੇਰੇ ਸਾਸੂ ਜੀ ਨਾ ਉਹਨਾਂ ਨੇ ਮੇਰਾ ਦਿਓਰ ਜਿਹੜੇ ਸਨ ਉੜੀ ਬਾਰਡਰ ਤੇ ਫਾਰੈਸਟ ਡਿਪਾਰਟਮੈਂਟ ਅਫੀਸਰ ਸਨ, ਉਹਨਾਂ ਦੀ ਜਾਬ ਸੀ ਉੱਥੇ, ਤੇ ਉਹਨਾਂ ਨੇ ਮਾਤਾ ਜੀ ਨੂੰ ਜਾ ਕੇ ਆਪਣੀ ਮਾਤਾ ਜੀ ਨੂੰ ਜਾ ਕੇ ਉੱਥੇ ਦੁਰਬੀਨ ਨਾਲ ਆਪਣਾ ਥੋੜਾ ਜਿਹਾ ਉੜੀ ਤੋਂ ਚ ਕੋਠੀ ਉਹਨਾਂ ਨੇ ਦਿਖਾਈ ਹੈ। ਤੇ ਉਸ ਤੋਂ ਬਾਅਦ ਉਸੀ ਸਾਲ ਮਾਤਾ ਜੀ ਦੀ ਡੈਥ ਹੋ ਗਈ ਮੇਰੇ ਸੱਸ ਜੀ ਦੀ, ਤੇ ਮੇਰੇ ਮਾਤਾ ਜੀ ਕਾਫੀ ਪਹਿਲਾਂ ਗੁਜ਼ਰ ਗਏ, ਤੇ ਸੋ ਇਹ ਜਿਹੜੇ ਹੁਣ ਮਿਲ ਮਿਲਾਪ ਹੋਇਆ ਬਹੁਤ ਅੱਛਾ, ਬੜੀ ਅੱਛੀ ਗੱਲ ਹੈ ਕਿ ਕਹਿੰਦੇ ਨੇ ਕਿ ਪਾਣੀ ਪੀ ਲਓ ਟੋਇਆਂ ਦਾ, ਜਿੰਦੇ ਬੰਦੇ ਫਿਰ ਮਿਲਾਂਗੇ ਵਿਛੋੜਾ ਮੋਇਆਂ ਦਾ। ਤੇ ਬਾਕੀ ਮੈਂ ਇੱਕ ਥੋੜਾ ਜਿਹਾ ਇੱਕ ਗਿਲਾ ਕਰਾਂਗੀ ਕਿ ਪਿਛਲੀ ਵਾਰੀ ਜਿਹੜੇ ਸਦੀਕੀ ਭਾਈ ਸਾਹਿਬ ਸਨ ਉਹਨਾਂ ਨੇ ਗੱਲ ਕੀਤੀ ਸੀ ਟੀਵੀ ਤੇ ਰਿਆਲ ਸਾਹਿਬ ਨਾਲ, ਤੇ ਉਹਨਾਂ ਨੇ ਜਦੋਂ ਕਿਹਾ ਕਿ ਰਿਆਲ ਸਾਹਿਬ ਨੇ ਕੁਐਸਚਨ ਕੀਤਾ ਸੀ ਕਿ ਤੁਹਾਨੂੰ ਕੀ ਲੱਗਦਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਫਿਰ ਲੜਾਈ ਸ਼ੁਰੂ ਹੋਏਗੀ, ਤੇ ਸਦੀਕੀ ਸਾਹਿਬ ਉਹ ਕਹਿੰਦੇ ਨਾ ਨਹੀਂ ਨਹੀਂ ਇਹ ਛੋਟੀਆਂ ਮੋਟੀਆਂ ਗੱਲਾਂ ਵਾਸਤੇ ਨਹੀਂ ਹੁੰਦਾ, ਕਿ ਜਿਸ ਤਰ੍ਹਾਂ ਦੇ ਉਹ ਸਾਡੇ ਦੋ ਫੌਜੀਆਂ ਦਾ ਜਿਹੜੀ ਹਾਲਾਤ ਹੋਈ ਸੀ ਉਸ ਦੇ ਬਾਰੇ ਸੀ, ਕਹਿੰਦੇ ਨੇ ਇਹ ਛੋਟੀਆਂ ਛੋਟੀਆਂ ਗੱਲਾਂ ਨਾ ਤੇ ਇਹਨਾਂ ਵਾਸਤੇ ਜੰਗ ਨਹੀਂ ਹੁੰਦਾ। ਪਰ ਮੈਂ ਸਦੀਕੀ ਭਾਈ ਸਾਹਿਬ ਨੂੰ ਕਹਿੰਦੀ ਹਾਂ, ਭਾਈ ਸਾਹਿਬ ਇਹ ਛੋਟੀ ਗੱਲ ਨਹੀਂ, ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਜਿਹਨਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਰੱਖਿਆ ਲਈ ਤੋਰਿਆ ਤੇ ਉਹ ਵਾਪਸ ਜਦੋਂ ਆਉਣ ਤੇ ਉਹਨਾਂ ਸਿਰ ਵੱਖਰੇ ਤੜ ਵੱਖਰੇ ਆਉਣ, ਉਹ ਛੋਟੀ ਗੱਲ ਨਹੀਂ ਹੈ। ਤੇ ਉਹਨਾਂ ਨੇ ਇਸ ਤਰ੍ਹਾਂ ਬਿਲਕੁਲ ਮੱਖਣਾ ਚੋਂ ਵਾਲ ਕੱਢ ਕੇ ਆਪਣਾ ਆਪ ਕਿਆਨੀ ਸਾਹਿਬ ਦੀ ਸਭ ਦੀ ਤਾਰੀਫਾਂ ਕਰਕੇ, ਮੈਨੂੰ ਬਹੁਤ ਗਿੱਲਾ ਉਹਨਾਂ ਤੇ। ਸਾਡੇ ਨਾਲ ਹੀ ਵਾਪਰੀ ਜੀ ਸਾਡੀ ਗੱਲ, ਮੇਰੇ ਬ੍ਰਦਰ ਫੌਜ ਵੀ ਸੀ, 47-48 ਦੀ ਗੱਲ ਹੈ, ਪਰ ਤੁਸੀਂ ਕਹੋਗੇ ਬਹੁਤ ਪੁਰਾਣੀ ਹੈ, ਬਸ ਮੇਰੇ ਲਈ ਤੇ ਨਵੀਂ ਹੈ। ਜਦੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੁੰਦਾ ਸਾਨੂੰ ਬਸ ਸਾਡੇ ਜ਼ਖਮਾਂ ਤੇ ਫਿਰ ਉੱਧਰ ਜਾਂਦੇ ਸਾਡੇ ਜ਼ਖਮ। ਤੇ ਮੇਰੇ ਬ੍ਰਦਰ ਨੂੰ ਇਸ ਤਰ੍ਹਾਂ ਜਿਹੜਾ ਲੱਦਾਖ ਅਸਕਰਦੂ ਸੀ, ਉੱਥੇ ਮੇਰੇ ਬ੍ਰਦਰ ਬੁਆਂਜੀ ਉੱਥੇ ਕਿਲੇ ਵੀ ਸੀ, ਤੇ ਉਹ ਫਿਰ ਗੱਲ ਨਹੀਂ ਕਰ ਸਕਦੀ। ਚਲੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਵਿੱਚ ਆ ਗਏ ਸੀ ਫਿਰ ਉਹਨਾਂ ਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬੜੀ ਦਿਲ ਦੀ ਗੱਲ ਕੀਤੀ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ ਬਲਕ ਸਾਹਿਬ। ਸਤਿ ਸ੍ਰੀ ਅਕਾਲ, ਕੌਣ ਭਾਈ ਜੀ, ਕੌਣ ਗੱਲ ਕਰ ਰਿਹਾ ਤੇ ਕਿੱਥੋਂ ਗੱਲ ਕਰ ਰਿਹਾ ਜੀ? ਕੈਲੀਫੋਰਨੀਆ ਤੋਂ ਜੀ, ਕੈਲੀਫੋਰਨੀਆ। ਜਿੱਥੇ ਤੱਕ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਆ, ਇਹ ਦੋਨੇ ਮੁਲਕ ਦੁਨੀਆ ਦੇ ਗਰੀਬ ਮੁਲਕਾਂ ਚੋਂ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਜੀ ਜੀ। ਪਿਛਲੇ ਕਾਫੀ ਸਮੇਂ ਤੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਵੱਡੀਆਂ ਜੰਗਾਂ ਜਾਂ ਛੋਟੀਆਂ ਜੰਗਾਂ ਹੁੰਦੀਆਂ ਰਹਿੰਦੀਆਂ ਨੇ। ਠੀਕ, ਆਮ ਅਸੀਂ ਬੋਲ ਚਾਲ ਚ ਕਹਿ ਦਿੰਦੇ ਹਾਂ ਕਿ ਕਸ਼ਮੀਰ ਦੇ ਮਸਲੇ ਕਰਕੇ ਹੁੰਦੀਆਂ ਨੇ ਜੀ ਜੀ। ਮੇਰਾ ਖਿਆਲ ਆ ਵੀ ਜਿਹੜਾ ਕਸ਼ਮੀਰ ਦਾ ਮਸਲਾ, ਉਹ ਦੋਨਾਂ ਮੁਲਕਾਂ ਨੂੰ ਜੱਫਾ ਪਾਉਣ ਦੀ ਬਜਾਏ ਕਸ਼ਮੀਰ ਦੇ ਲੋਕਾਂ ਦੀ ਰਾਏ ਸਮਾਰੀ ਕਰਕੇ ਹੱਲ ਕਰ ਲੈਣਾ ਚਾਹੀਦਾ, ਕਿਉਂਕਿ ਦੋਨਾਂ ਮੁਲਕਾਂ ਦਾ ਜਿਹੜਾ ਡਿਫੈਂਸ ਦਾ ਖਰਚਾ ਉਹ ਇੰਨਾ ਜ਼ਿਆਦਾ ਵੀ ਜਿਹਨਾਂ ਦੋਨਾਂ ਮੁਲਕਾਂ ਦੀ ਜਿਹੜੀ ਆਮ ਪਬਲਿਕ ਆ ਉਹ ਗਰੀਬ ਹੁੰਦੀ ਜਾਂਦੀ ਆ। 70% ਜਿਹੜਾ ਉਹ ਤੇ ਉਹ ਡਿਫੈਂਸ ਤੇ ਖਰਚ ਹੁੰਦਾ ਹੈ। ਹਾਂਜੀ, ਤਾਂ ਇਹ ਪੈਸਾ ਡਿਫੈਂਸ ਦਾ ਜਿਹੜਾ ਪੈਸਾ ਖਰਚ ਹੋ ਰਿਹਾ ਉਹ ਲੋਕਾਂ ਦੇ ਆਵਾਮ ਤੇ ਖਰਚ ਹੋਵੇ, ਦੋਨੇ ਮੁਲਕ ਅਮਨ ਚੈਨ ਨਾਲ ਰਹਿ ਸਕਣ, ਦੋਨਾਂ ਦਾ ਕਲਚਰ ਇੱਕ ਆ, ਦੋਨਾਂ ਦੀ ਸਭਿਅਤਾ ਇੱਕੋ ਜਿਹੀ ਆ। ਥੈਂਕ ਯੂ ਵੈਰੀ ਮੱਚ, ਬਹੁਤ ਧੰਨਵਾਦ, ਬਹੁਤ ਅੱਛੀ ਗੱਲ ਕੀਤੀ। ਹੈਲੋ
हेलो मलिक साहब, सलाम जी। सलाम, क्या कौन साहब? भाई साहब, जरा साडा, क्योंकि समा खत्म हो रहा है, तुसी अपनी गल जरा जल्दी मुकाना। जल्दी करांगा, नाम ही नहीं लेंदी लोड। मलिक साहब, दो दिन मैं रेमेडी दसदा हैगा। एक ता सब तो पहला कि पाकिस्तान ते इंडिया यूनाइटेड ही हो जान ते हल हो जा सारा हल हो सकदा मसला। नंबर दो ते जिस तरह प्लेबिसाइट रायशुमारी कराई जावे वो भी ठीक है। नंबर तीन ते कश्मीर नू इंडिपेंडेंट ही कर दिता जावे, ओनू आजाद स्टेट ही करार दिता जावे ते बोन ऑफ कंटेंशन ही कट्टी जावे ते इन्हां दे तलुकात जिहड़े हैगे सुधर सकदे हैगे। तुहाडा बहुत बहुत शुक्रिया साडे कोल, क्योंकि समां जिहड़ा है हुण खत्म हो रहा है। दोस्तों, साथियों, भैणां ते भरावो, अज दा इह प्रोग्राम एक छोटी जिही कोशिश सी जस्ट ब्रॉडकास्टिंग दी कि किस तरह दोवां मुल्कां नूं, दोवां मुल्कां दी आवाम नूं नेड़े लैके आया जाए, ते कि साडी इह कोशिश कित्थे तक कामयाब है या साड़ी, क्योंकि जस पंजाबी दी हमेशा तो कोशिश रही कि कोई भी मुद्दा तुहाडी खिदमत दे अंदर, प्रोग्राम अज दा मुद्दा दे अंदर लैके आईए, उहदा मकसद है कि आवाम नूं जानकारी दित्ती जाए। तुसी अपना फीडबैक सानू info@justbroadcasting.com ते तुसी अपना सेंड कर सकते हो। तुसी कॉल कर सकते हो 718-786-5222। दोस्तों, कल फिर एक नए प्रोग्राम दे नाल, एक नई एनर्जी दे नाल तुहाडी खिदमत दे अंदर एक नवा मुद्दा लैके प्रोग्राम अज दा मुद्दा दे अंदर हाजिर होंगे। अपने आंढ गवांढ दा ध्यान रखो, घर दे परिवार दा ध्यान रखो, ते इस दुआ दे नाल सारे खुश रहो, आबाद रहो। तुहाडा नाचीज सलीम अहमद मलिक तुहाडे कोलों इजाज़त दा तलबगार।